ਕਿਸੇ ਕੰਮ ਨੂੰ ਕਰਨ ਦੇ ਨਾਲ ਹੀ ਸਾਨੂੰ ਉਹਦਾ ਨਤੀਜਾ ਮਿਲਣਾ ਹੈ ਅਤੇ ਕਿਸੇ ਕੰਮ ਨੂੰ ਆਪਾਂ ਪੂਰਾ ਕਰਾਂਗੇ ਤਾਂ ਸਾਨੂੰ ਪਤਾ ਲੱਗਦਾ ਹੈ। ਸਭ ਘੱਟ ਮੇਰਾ ਸਾਈਆਂ ਜਲਵਾ ਰਿਓ ਦਿਖਾਏ, ਰਵਿਦਾਸ ਨਗਰ ਮੈਂ ਰਮ ਰਿਓ ਕਬੂ ਨਾ ਇੱਕ ਤਜਾਏ। ਸਤਿਗੁਰ ਰਵਿਦਾਸ ਮਹਾਰਾਜ ਫਰਮਾਉਂਦੇ ਹਨ ਕਿ ਮੇਰਾ ਮਾਲਕ ਮੇਰਾ ਪ੍ਰਭੂ ਘੱਟ ਘੱਟ ਦੇ ਵਿੱਚ ਵਿਆਪਕ ਹੋ ਕੇ ਆਪਣਾ ਕੌਤਕ ਦਿਖਾ ਲੈਂਦਾ ਹੈ ਕਿ ਉਹ ਘੱਟ ਘੱਟ ਦੇ ਵਿੱਚ ਸਮਾਇਆ ਹੋਇਆ ਹੈ, ਉਹ ਕਿਤੇ ਇੱਕ ਜਗ੍ਹਾ ਮੌਜੂਦ ਨਹੀਂ ਹੈ, ਉਹ ਤਾਂ ਹਰ ਜਗ੍ਹਾ ਮੌਜੂਦ ਹੈ। ਮੇਰਾ ਪ੍ਰਭੂ ਸੰਸਾਰ ਰੂਪੀ ਨਗਰ ਵਿੱਚ ਵਸਿਆ ਹੋਇਆ ਹੈ, ਪਾਵਕ ਸ਼ਹਿਰ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਉਸਦਾ ਵਾਸਾ ਹੈ। ਹਰ ਜੀਵ ਦੇ ਅੰਦਰ ਮੈਨੂੰ ਪ੍ਰਭੂ ਨਜ਼ਰ ਆਉਂਦਾ ਹੈ ਕਿ ਹਰ ਜੀਵ ਦੇ ਅੰਦਰ ਪਰਮਾਤਮਾ ਮੈਨੂੰ ਨਜ਼ਰ ਆਉਂਦਾ ਹੈ, ਉਹ ਕਦੇ ਵੀ ਵੱਖ ਹੋ ਕੇ ਇੱਧਰ ਉੱਧਰ ਨਹੀਂ ਜਾ ਸਕਦਾ। ਕਿ ਆਪਾਂ ਪਰਮਾਤਮਾ ਨੂੰ ਕਹੀਏ ਕਿ ਇੱਧਰ ਉੱਧਰ ਦੀਆਂ ਗੱਲਾਂ ਕਰੀ ਕਹਿੰਦੇ ਨਹੀਂ, ਪਰਮਾਤਮਾ ਦਾ ਕਿਸੇ ਦੇ ਨਾਲ ਵਿਆਹ ਨਹੀਂ। ਕਿ ਜਿਹੜਾ ਪਰਮਾਤਮਾ ਨੂੰ ਮੰਨਣ ਵਾਲਾ ਹੁੰਦਾ ਨਾ ਉਹਦਾ ਕਦੇ ਵੀ ਕਿਸੇ ਦੇ ਨਾਲ ਵੈਰ ਨਹੀਂ ਹੈ, ਉਹ ਕਿਸੇ ਨੂੰ ਮਾਰਦਾ ਨਹੀਂ। ਕਿਉਂ? ਕਿਉਂਕਿ ਉਹ ਸਭਨਾਂ ਨੂੰ ਪਿਆਰ ਕਰਦਾ। ਇੱਕ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਅਤੇ ਜਿਹੜਾ ਪ੍ਰਭੂ ਪਰਮਾਤਮਾ ਮਾਲਕ ਹੈ ਉਹ ਸਭਨਾਂ ਨੂੰ ਪਿਆਰ ਕਰਦਾ। ਸਭ ਘੱਟ ਮਾਹੀ ਰਮ ਰਿਓ ਰਵਿਦਾਸ ਦਾ ਮਾਰੋ ਰਾਮ, ਸੋਈ ਦੂਜੇ ਰਾਮ ਕੋ ਜੋ ਹੋਏ ਰਾਮ ਗੁਰਾਮ। ਸਤਿਗੁਰ ਰਵਿਦਾਸ ਮਹਾਰਾਜ ਫਰਮਾਉਂਦੇ ਕਿ ਮੇਰਾ ਸਰਬਜਪੀ ਰਾਮ ਸੰਸਾਰ ਦੇ ਸਾਰੇ ਜੀਵਾਂ ਵਿੱਚ ਵਸਿਆ ਹੋਇਆ। ਕਿ ਅੱਜ ਦੇ ਜਿਹੜੇ ਸਵਾਲ ਜਵਾਬ ਹੈ ਨਾ ਕਿ ਸਤਿਗੁਰ ਰਵਿਦਾਸ ਮਹਾਰਾਜ ਨੂੰ ਕਹਿੰਦੇ ਕਿ ਉਹ ਰਾਮ ਜਿਹੜਾ ਅਯੁੱਧਿਆ ਦਾ ਰਾਮ ਹੈ ਉਹਦੀ ਪੂਜਾ ਕਰਦਾ ਸੀ। ਕਹਿੰਦੇ ਸਤਿਗੁਰੂ ਰਵਿਦਾਸ ਮਹਾਰਾਜ ਆਪਣੀ ਬਾਣੀ ਦੇ ਵਿੱਚ ਉਚਾਰਨ ਕਰਦੇ ਹਨ ਕਿ ਮੇਰਾ ਰਾਜਾ ਮੇਰਾ ਪਰਮਾਤਮਾ ਅਯੁੱਧਿਆ ਦਾ ਰਾਮ ਨਹੀਂ ਹੈ, ਮੇਰਾ ਰਾਮ ਤਾਂ ਸਰਬ ਵਿਆਪੀ ਹੈ, ਹਰ ਜੀਵ ਦੇ ਅੰਦਰ ਸੰਸਾਰ ਦੇ ਸਾਰੇ ਜੀਵਾਂ ਵਿੱਚ ਵਸਿਆ ਹੋਇਆ। ਪਰ ਉਸ ਸਰਵਵਿਆਪਕ ਰਾਮ ਨੂੰ ਕੋਈ ਜਾਣ ਸਕਦਾ ਹੈ ਜੋ ਉਸਦੀ ਸੇਵਾ ਕਰਦਾ ਹੈ, ਉਹਦਾ ਸੇਵਕ ਹੈ। ਘੱਟ ਘੱਟ ਵਿਆਪਕ ਰਾਮ ਹੈ, ਰਾਮੇ ਬੁੱਝੇ ਹੋਏ ਰਵਿਦਾਸ ਬੁੱਝੇ ਸੋ ਰਾਮ ਕੋ ਜੋ ਰਾਮ ਸਨੇਹੀ ਹੋਏ। ਹੁਣ ਇੱਥੇ ਵੀ ਸਤਿਗੁਰ ਰਵਿਦਾਸ ਮਹਾਰਾਜ ਫਰਮਾਉਂਦੇ ਹਨ ਕਿ ਰਾਮ ਤਾਂ ਜਿਹੜਾ ਹੈ ਉਹ ਸਰਵਵਿਆਪਕ ਹੈ, ਉਹਦੇ ਵਾਸਤੇ ਤਾਂ ਸਭ ਕੁਝ ਇੱਕੋ ਜਿਹਾ ਹੈ, ਪਰਮਾਤਮਾ ਵਾਸਤੇ ਸਭ ਕੁਝ ਇੱਕੋ ਜਿਹਾ ਹੈ, ਉਹ ਕਿਸੇ ਦੇ ਨਾਲ ਹੀਣ ਭਾਵਨਾ ਨਹੀਂ ਰੱਖਦੇ। ਉਸ ਪ੍ਰਭੂ ਨੂੰ ਤਾਂ ਕੇਵਲ ਉਹੀ ਜਾਣਦੇ ਹਨ ਜੋ ਉਸ ਨਾਲ ਸੱਚਾ ਪ੍ਰੇਮ ਕਰਦੇ ਹਨ, ਉਸਦੀ ਪਹਿਚਾਣ ਤਾਂ ਕੋਈ ਬੰਦਾ ਹੀ ਜੀਵ ਕਰ ਸਕਦਾ।
ਰਵਿਦਾਸ ਖਾਲਿਕ ਦੇਖਿਆ ਸਜਲ ਰਹੋ ਭਰਪੂਰ ਸਬਦ ਦੇਖੋ ਵਿਆਪਿਆ ਖਾਲਿਕ ਕਾਹੀ ਮੂਲ। ਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਪ੍ਰਭੂ ਨੂੰ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਅਨੁਭਵ ਕਰਦਾ ਹਾਂ ਅਤੇ ਮੈਂ ਸਭ ਦਿਸ਼ਾਵਾਂ ਵਿੱਚ ਜਿੱਧਰ ਵੀ ਦੇਖਦਾ ਹਾਂ ਕਿ ਹਰ ਪਾਸੇ ਸਾਰੀਆਂ ਦਿਸ਼ਾਵਾਂ ਦੇ ਵਿੱਚ ਉਸ ਪ੍ਰਭੂ ਦੇ ਨੂਰ ਨੂੰ ਵਿਆਪਿਆ ਹੋਇਆ ਦੇਖ ਰਿਹਾ ਹੈ, ਭਾਵ ਕਿ ਉਹ ਸਭ ਪਾਸੇ ਨਜ਼ਰ ਆ ਰਿਹਾ। ਮੁਕਰ ਮਾਂ ਪਰਛਾਈ ਜੂੰ ਗੁਰੂ ਮਲੇ ਨੂੰ ਵਾਸ ਤੈਸੋ ਹੀ ਸ਼੍ਰੀ ਹਰ ਵਸੇ ਹਿਰਦੇ ਵਧੇ ਰਵਿਦਾਸ। ਸਤਿਗੁਰ ਅਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਜਿਵੇਂ ਦਰਪਣ ਵਿੱਚ ਕਹਿੰਦੇ ਸਾਨੂੰ ਸਾਡੀ ਪਰਛਾਈ ਸਾਡਾ ਚਿਹਰਾ ਨਜ਼ਰ ਆਉਂਦਾ ਹੈ ਕਿ ਜਦੋਂ ਆਪਾਂ ਸ਼ੀਸ਼ੇ ਦੇ ਵਿੱਚ ਦੇਖਦੇ ਹਾਂ ਤੇ ਸਾਨੂੰ ਸਾਡਾ ਚਿਹਰਾ ਉਹਦੇ ਵਿੱਚੋਂ ਨਜ਼ਰ ਆਉਂਦਾ ਹੈ, ਸਾਡੀ ਪਰਛਾਈ ਸਾਡਾ ਬਿਲਕੁਲ ਰੂਪ ਦਾ ਰੂਪ, ਜੋ ਕੱਪੜਾ ਪਾਇਆ ਜਿਸ ਤਰ੍ਹਾਂ ਦੇ ਅਸੀਂ ਦਿਸਦੇ ਹਾਂ ਬਿਲਕੁਲ ਉਸੇ ਤਰ੍ਹਾਂ ਉਹਦੇ ਵਿੱਚੋਂ ਨਜ਼ਰ ਆਉਂਦਾ ਹੈ। ਫੁੱਲਾਂ ਵਿੱਚ ਸੁਗੰਧੀ ਵਾਸ ਕਰਦੀ ਹੈ, ਇਸੇ ਤਰ੍ਹਾਂ ਪ੍ਰਭੂ ਸਦਾ ਹੀ ਸਭ ਦੇ ਮਨ ਰੂਪੀ ਮੰਦਰ ਵਿੱਚ ਨਿਵਾਸ ਕਰਦਾ ਹੈ ਕਿ ਉਹ ਹਰ ਜਗ੍ਹਾ ਮੌਜੂਦ ਹੈ। ਰਵਿਦਾਸ ਪਿੰਡ ਨਿਕਲ ਸਕਲ ਕਟ ਬਾਹਰ ਕੀਰਤਨ ਸੋਏ ਸਬਦ ਦੇਖੋ ਪੀ ਪੀ ਦੁਲਸਰ ਨਾਹੀ ਹੋਏ। ਸਤਿਗੁਰ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੇਰਾ ਪ੍ਰੀਤਮ, ਮੇਰਾ ਪ੍ਰਭੂ, ਮੇਰਾ ਰਾਮ, ਜਿਸ ਰਾਮ ਦੀ ਮੈਂ ਪੂਜਾ ਕਰਦਾ, ਜਿਸ ਰਾਮ ਦੀ ਮੈਂ ਗੱਲ ਕਰਦਾ, ਜਿਸ ਮੁਕੰਦ ਦੀ, ਮਾਧੋ ਦੀ, ਲਾਲ ਦੀ ਮੈਂ ਗੱਲ ਕਰਦਾ, ਉਹ ਕਣ ਕਣ ਦੇ ਵਿੱਚ ਸਮਾਇਆ ਹੋਇਆ, ਜੀਵ ਦੇ ਅੰਦਰ ਅਤੇ ਬਾਹਰ ਤੋਂ ਪ੍ਰਭੂ ਵਸਿਆ ਹੋਇਆ। ਕਹਿੰਦੇ ਜਿਸ ਜੀਵ ਦੇ ਅੰਦਰ ਪ੍ਰਭੂ ਦਾ ਵਾਸ ਹੁੰਦਾ ਤਾਂ ਚਿਹਰੇ ਦਾ ਨਿਖਾਰ ਹੀ ਅਲੱਗ ਹੁੰਦਾ ਹੈ। ਸਭ ਪਾਸੇ ਉਹ ਪਰਮਾਤਮਾ ਹੀ ਮੈਨੂੰ ਅਨੁਭਵ ਹੋ ਰਿਹਾ ਹੈ।